ਆਓ ਆਪਾਂ ਵਚਨ ਦੇ ਵਿੱਚੋਂ ਦੇਖਦੇ ਹਾਂ ਧੰਨਵਾਦ ਦੀ ਸ਼ਕਤੀ ਦੇ ਬਾਰੇ ਦੇ ਵਿੱਚ। ਜਦੋਂ ਅਸੀਂ ਧੰਨਵਾਦ ਕਰਦੇ ਹਾਂ ਤੁਹਾਨੂੰ ਪਤਾ ਧੰਨਵਾਦ ਜਿਹੜਾ ਸ਼ਬਦ ਆ ਕਹਿਣੇ ਨੂੰ ਸੌਖਾ ਤੇ ਬੋਲਣ ਨੂੰ ਛੋਟਾ ਜਿਹਾ ਅਲਫਾਜ਼ ਆ ਪਰ ਇਹਦੇ ਇਹਦੇ 'ਚ ਇੰਨੀ ਪਾਵਰ ਆ ਇੰਨੀ ਸਮਰੱਥ ਆ ਇਸ ਧੰਨਵਾਦ ਸ਼ਬਦ ਦੇ ਵਿੱਚ ਇੱਕ ਸ਼ਕਤੀਸ਼ਾਲੀ ਸ਼ਬਦ ਆ ਔਰ ਪੂਰਾ ਬ੍ਰਹਿਮੰਡ ਇਸ ਸ਼ਕਤੀ ਨੂੰ ਮੰਨਦਾ ਆ ਪੂਰੇ ਬ੍ਰਹਿਮੰਡ ਦੇ ਵਿੱਚ ਗ੍ਰੈਟੀਟਿਊਡ ਦੀ ਜਿਹੜੀ ਪਾਵਰ ਹੈ ਨਾ ਉਹ ਮਾਈਟੀ ਵੇ ਨਾਲ ਕੰਮ ਕਰਦੀ ਆ ਸ਼ੁਕਰਗੁਜ਼ਾਰੀ ਦੀ ਜਿਹੜੀ ਸ਼ਕਤੀ ਆ ਉਹ ਅਦਭੁਤ ਰੀਤੀ ਦੇ ਨਾਲ ਕੰਮ ਕਰਦੀ ਆ ਇਸ ਲਈ ਸਾਨੂੰ ਸ਼ੁਕਰਗੁਜ਼ਾਰੀ ਦੇ ਵਿੱਚ ਬਣੇ ਰਹਿਣਾ ਚਾਹੀਦਾ ਹੈ। ਵਚਨ 'ਚ ਲਿਖਿਆ ਤੁਹਾਡੀਆਂ ਪ੍ਰਾਰਥਨਾਵਾਂ ਤੇ ਬੇਨਤੀਆਂ ਧੰਨਵਾਦ ਸਣੇ ਪਰਮੇਸ਼ਵਰ ਦੇ ਅੱਗੇ ਹੋਣ ਧੰਨਵਾਦ ਦੇ ਨਾਲ ਹੋਣ ਲਾਮਿਆਂ ਮੇੜਿਆਂ ਦੇ ਨਾਲ ਨਹੀਂ ਬੁਝੇ ਹੋਏ ਮਨ ਦੇ ਨਾਲ ਨਹੀਂ ਪਰ ਧੰਨਵਾਦ ਦੇ ਨਾਲ ਕਿਉਂਕਿ ਪਰਮੇਸ਼ਵਰ ਨੇ ਸਾਨੂੰ ਇੰਨਾ ਕੁਛ ਦਿੱਤਾ ਆ ਜਿਹਦਾ ਅਸੀਂ ਧੰਨਵਾਦ ਕਰਦੇ ਹੀ ਨਹੀਂ ਪਰ ਜੇਕਰ ਅਸੀਂ ਚਾਹੁੰਦੇ ਹਾਂ ਜੋ ਕੁਛ ਪਰਮੇਸ਼ਵਰ ਜੀ ਨੇ ਸਾਨੂੰ ਦਿੱਤਾ ਆ ਉਹ ਸਾਡੇ ਜੀਵਨ ਦੇ ਵਿੱਚ ਬਣਿਆ ਰਹੇ ਬਰਕਰਾਰ ਰਹੇ ਫਿਰ ਸਾਨੂੰ ਬਹੁਤ ਸ਼ੁਕਰਗੁਜ਼ਾਰੀ ਕਰਨ ਦੀ ਜ਼ਰੂਰਤ ਆ ਜੇ ਅਸੀਂ ਧੰਨਵਾਦ ਨਹੀਂ ਕਰਾਂਗੇ ਜਿੰਨਾ ਪਰਮੇਸ਼ਵਰ ਨੇ ਸਾਨੂੰ ਦਿੱਤਾ ਆ ਯਾਦ ਰੱਖਿਓ ਜਿਹੜਾ ਦੇਣ ਦੀ ਸ਼ਕਤੀ ਰੱਖਦਾ ਉਹ ਲੈਣ ਦੀ ਵੀ ਸ਼ਕਤੀ ਰੱਖਦਾ ਆ ਕਿਉਂਕਿ ਇਹ ਕੁਛ ਵੀ ਜੋ ਕੁਛ ਵੀ ਆਪਣੇ ਕੋਲ ਹੈ ਨਾ ਚਾਹੇ ਧਨ ਦੌਲਤ ਧੀਆਂ ਪੁੱਤ ਇੱਜ਼ਤ ਸ਼ੌਹਰਤ ਰੁਤਬੇ ਸਭ ਕੁਛ ਇਹ ਕੁਛ ਵੀ ਆਪਣੇ ਜ਼ੋਰ ਨਾਲ ਕਮਾਇਆ ਹੋਇਆ ਨਹੀਂ ਹੈ ਮਨੁੱਖ ਨੂੰ ਭੁਲੇਖਾ ਆ ਕਿ ਮੈਂ ਦਿਨ ਰਾਤ ਮਿਹਨਤ ਕਰ ਕਰਕੇ ਕਮਾਇਆ ਆ ਕੁਛ ਵੀ ਮਨੁੱਖ ਦਾ ਆਪਣਾ ਕਮਾਇਆ ਹੋਇਆ ਨਹੀਂ ਆ ਵਚਨ 'ਚ ਲਿਖਿਆ ਧਨ ਕਮਾਉਣ ਦਾ ਬਲ ਵੀ ਮੈਂ ਹੀ ਦਿੰਦਾ ਹਾਂ ਧਨ ਕਮਾਉਣ ਦੀ ਸਮਰੱਥ ਧਨ ਕਮਾਉਣ ਦੀ ਅਕਲ ਇਹ ਸਭ ਕੁਛ ਪਰਮੇਸ਼ਵਰ ਦਾ ਦਿੱਤਾ ਹੋਇਆ ਆ ਅਗਰ ਤੁਸੀਂ ਅਮੀਰ ਘਰਾਂ ਦੇ ਵਿੱਚ ਪੈਦਾ ਹੋਏ ਆ ਤਾਂ ਤੁਸੀਂ ਆਪਣੇ ਜ਼ੋਰ ਦੇ ਨਾਲ ਨਹੀਂ ਆਪਣੀ ਚਤਰਾਈ ਦੇ ਨਾਲ ਨਹੀਂ ਪਰ ਪਰਮੇਸ਼ਵਰ ਦੇ ਫਜ਼ਲ ਦੇ ਨਾਲ ਤੁਸੀਂ ਉਹਨਾਂ ਘਰਾਂ ਦੇ ਵਿੱਚ ਪੈਦਾ ਹੋਏ ਹੋ ਜਿੱਥੇ ਪਰਮੇਸ਼ਵਰ ਨੇ ਤੁਹਾਡੇ ਲਈ ਸਾਰੇ ਚੰਗੇ ਇੰਤਜ਼ਾਮ ਕੀਤੇ ਹੋਏ ਆ ਅਗਰ ਪਰਮੇਸ਼ਵਰ ਨੇ ਤੁਹਾਨੂੰ ਗਰੀਬੀ ਦੇ ਬੰਧਨਾਂ 'ਚੋਂ ਬਾਹਰ ਕੱਢਿਆ ਆ ਤਾਂ ਤੁਹਾਡੇ ਬਲ ਜ਼ੋਰ ਬੁੱਧ ਦੇ ਨਾਲ ਨਹੀਂ ਪਰ ਪਰਮੇਸ਼ਵਰ ਨੇ ਆਪਣੀ ਕਿਰਪਾ ਤੇ ਫਜ਼ਲ ਦੇ ਨਾਲ ਤੁਹਾਨੂੰ ਬਾਹਰ ਕੱਢਿਆ ਆ ਉਹਨਾਂ ਸਰਾਪਾਂ 'ਚੋਂ ਉਹਨਾਂ ਕਸ਼ਟਾਂ 'ਚੋਂ ਉਹਨਾਂ ਦੁੱਖਾਂ 'ਚੋਂ ਉਹਨਾਂ ਤਕਲੀਫਾਂ 'ਚੋਂ ਅਗਰ ਅੱਜ ਤੁਹਾਡੀ ਹੀਲਿੰਗ ਹੋਈ ਆ ਇਸ ਕਰਕੇ ਨਹੀਂ ਕਿ ਤੁਸੀਂ ਬਹੁਤ ਪੜ੍ਹੇ ਲਿਖੇ ਆ ਇਸ ਕਰਕੇ ਨਹੀਂ ਕਿ ਤੁਹਾਡੀ ਪ੍ਰਾਰਥਨਾ ਬਹੁਤ ਆ ਪਰ ਇਸ ਕਰਕੇ ਕਿਉਂਕਿ ਖੁਦਾ ਨੇ ਤੁਹਾਡੇ ਨਾਲ ਪ੍ਰੇਮ ਕੀਤਾ ਔਰ ਖੁਦਾ ਨੇ ਜ਼ਾਹਿਰ ਕੀਤਾ ਕਿ ਮੈਂ ਤੁਹਾਡੇ ਨਾਲ ਆ ਤੁਹਾਨੂੰ ਚੰਗੇ ਕਰਨ ਦੀ ਸਮਰੱਥ ਰੱਖਦਾ ਆ ਹਾਲੇਲੂਇਆ ਜੋ ਵੀ ਪ੍ਰਭੂ ਕੰਮ ਕਰ ਰਹੇ ਆ ਉਹ ਆਪਣੇ ਹੀ ਨਾਮ ਦੀ ਖਾਤਰ ਕਰ ਰਹੇ ਆ ਹਾਲੇਲੂਇਆ ਅਗਰ ਪ੍ਰਭੂ ਯਿਸੂ ਮਸੀਹ ਸਾਡੇ ਲਈ ਕੁਰਬਾਨ ਹੋਏ ਇਸ ਲਈ ਨਹੀਂ ਕਿ ਅਸੀਂ ਬਹੁਤ ਚੰਗੇ ਹਾਂ ਉਹ ਤਾਂ ਇਸ ਲਈ ਕੁਰਬਾਨ ਹੋਏ ਕਿਉਂਕਿ ਅਸੀਂ ਬਹੁਤ ਪਾਪੀ ਸੀਗੇ ਪਰ ਇਸ ਲਈ ਪਰਮੇਸ਼ਵਰ ਨੇ ਸਾਨੂੰ ਪ੍ਰੇਮ ਕਿਉਂ ਕੀਤਾ ਕਿਉਂਕਿ ਅਸੀਂ ਉਹਦੀ ਸਿਰਜਣਾ ਆ ਕਿਉਂਕਿ ਉਹ ਸਾਡੇ ਨਾਲ ਪ੍ਰੇਮ ਕਰਦਾ ਇਸੇ ਲਈ ਉਹਨੇ ਪ੍ਰੇਮ ਕੀਤਾ ਹਾਲੇਲੂਇਆ ਉਹਨੇ ਬੜੇ ਪ੍ਰੇਮ ਨਾਲ ਸਾਨੂੰ ਸਾਜਿਆ ਆ ਅਸੀਂ ਖੁਦਾ ਦੀ ਇਮੈਜੀਨੇਸ਼ਨ ਤੇ ਉਹਦੀ ਇਮੇਜ ਦੇ ਉੱਤੇ ਇਮੇਜ ਉਹਦੇ ਸਰੂਪ ਦੇ ਉੱਤੇ ਇਮੈਜੀਨੇਸ਼ਨ ਉਹਦੇ ਖਿਆਲਾਂ ਦੇ ਅਨੁਸਾਰ ਅਸੀਂ ਇਸ ਪ੍ਰੇਮ ਦੇ ਨਾਲ ਸਿਰਜੇ ਹੋਏ ਹਾਂ ਐਵੇਂ ਹੀ ਨਹੀਂ ਅਸੀਂ ਐਕਸੀਡੈਂਟਲੀ ਇਸ ਧਰਤੀ ਦੇ ਉੱਤੇ ਕੋਈ ਦੁਰਘਟਨਾ ਨਹੀਂ ਵਾਪਰੀ ਕਿ ਅਸੀਂ ਪੈਦਾ ਹੋ ਗਏ ਸਾਨੂੰ ਭੇਜਿਆ ਗਿਆ ਇਸ ਖਾਸ ਮਕਸਦ ਦੇ ਨਾਲ ਕਿ ਅਸੀਂ ਇਸ ਧਰਤੀ ਦੇ ਉੱਤੇ ਪਰਮੇਸ਼ਵਰ ਦੀ ਕਿਰਪਾ ਦੇ ਗਵਾਹ ਬਣੀਏ ਹਾਲੇਲੂਇਆ ਅਸੀਂ ਪਰਮੇਸ਼ਵਰ ਦੇ ਪ੍ਰੇਮ ਦੇ ਗਵਾਹ ਬਣੀਏ ਅਸੀਂ ਜੋ ਕੁਛ ਪਰਮੇਸ਼ਵਰ ਨੇ ਸਾਡੇ ਜੀਵਨ ਵਿੱਚ ਬਖਸ਼ਿਆ ਆ ਅਸੀਂ ਧੰਨਵਾਦ ਕਰਕੇ ਦੂਜਿਆਂ ਦੇ ਸਾਹਮਣੇ ਪ੍ਰੂਵ ਕਰੀਏ ਕਿ ਸੱਚੀ ਇੱਕ ਸ਼ੁਕਰਗੁਜ਼ਾਰੀ ਵਾਲਾ ਜਿਹੜਾ ਜੀਵਨ ਆ ਉਹ ਕਿੱਦਾਂ ਬਤੀਤ ਕੀਤਾ ਜਾਂਦਾ ਆ ਔਰ ਜਿਹੜੇ ਸ਼ੁਕਰਗੁਜ਼ਾਰੀ ਕਰਦੇ ਉਹਨਾਂ ਦੇ ਜੀਵਨ ਦੇ ਵਿੱਚ ਕਿੰਨੀਆਂ ਖੁਸ਼ੀਆਂ ਆ ਦੇਖੋ ਅਗਰ ਤੁਸੀਂ ਇੱਕ ਗ੍ਰੈਟੀਟਿਊਡ ਜਿਹੜਾ ਆ ਨਾ ਉਹਨੂੰ ਤੁਸੀਂ ਆਪਣੇ ਅੰਦਰ ਲੈ ਲਓਗੇ ਇੱਕ ਸ਼ੁਕਰਗੁਜ਼ਾਰੀ ਕਰਨ ਦਾ ਜਿਹੜਾ ਸਿਧਾਂਤ ਆ ਉਹਨੂੰ ਤੁਸੀਂ ਆਪਣੇ ਅੰਦਰ ਲੈ ਲਓਗੇ ਕਦੀ ਵੀ ਤੁਸੀਂ ਆਪਣੇ ਜੀਵਨ ਦੇ ਵਿੱਚ ਦੁਖੀ ਨਹੀਂ ਹੋਵੋਗੇ ਅਗਰ ਤੁਸੀਂ ਚਾਹੁੰਦੇ ਆ ਮੈਂ ਆਪਣੇ ਜੋ ਵੀ ਮੇਰੇ ਖਿਆਲ ਦੁੱਖ ਦਿੰਦੇ ਆ ਚਿੰਤਾ ਆ ਬੋਝ ਆ ਉਹਨਾਂ 'ਚੋਂ ਬਾਹਰ ਆ ਜਾਵਾਂ ਉਹਨਾਂ ਦਾ ਇਕਲੌਤਾ ਸਿਧਾਂਤ ਆ ਪਰਮੇਸ਼ਵਰ ਦੀ ਸ਼ੁਕਰਗੁਜ਼ਾਰੀ ਕਰਨਾ
जे तुसी लिस्ट बनाओगे अपनिया खुशियां दी ते अपने गमां दी, जो असी देखते हैं कल्ले बैठे सोचते हैं तो सानू लगता साड़ी जिंदगी बहुत अजे चीजा है जड़िया नहीं है, असी उन्हां दे बारे ही सोचते रहने जे मेरे को आ नहीं है, आ नहीं होया, वह नहीं होया। पर जिस दिन तुसी सच्ची बैठ के लिस्ट बनाओगे कि परमेश्वर ने की कुछ मेरे जीवन में किया तो की कुछ रह गया, थानू पता जेड़ा रह गया थानू लभना नहीं, तो जेड़ा किया या डायरिया भर जानिया, इन्ने फजल किए या परमेश्वर ने साड़ी जिंदगी दे विच, उन्हें बहुत वड्डे वड्डे काम किए साडे जीवन दे विच, पर असी नज़रअंदाज किए हुए, असी उधर नू गौर ही नहीं करते। तुसी आज तो 10 साल पिछे अपने जीवन दे विच झाती मारो, तुसी की सीगे और आज तुसी किथे हो, किन्नियां बीमारियां आईयां पर तुसी मरे नहीं, किन्ने कष्ट आए पर वो तुहानू हरा नहीं सके, किन्ने लामे मेड़िया दे विचों दी लंघ के तुसी आज इस जगह दे उत्ते बैठे हो, एक केदे जोर दे नाल है, एक केदी कृपा दे नाल होया, परमेश्वर दे फजल दे नाल होया। जदों तुसी तुसी पास्ट विच देखोगे और फिर तुसी अपने प्रेजेंट नू देखोगे, तुसी परमेश्वर दे फजल नू ही पाओगे अपने जीवन दे विच। हालेलुया। वेरी कोशिश करदा कि थानू जड़ियां इनकम्प्लीट चीजा या जड़ियां अधूरियां चीजा या उन्हां वल नू तुहाडा ध्यान दिवाउंदा है, पर तुसी अज तो एक काम करियो, तुसी ओदा ध्यान पूरियां हो चुकियां चीजा वल दिवाउणा है। हालेलुया हालेलुया। प्रभु की वड़ियाई होवे। मरकुस की किताब नवे नेम दे विच ओदा 11 नंबर अध्याय ओदी 24 नंबर पंक्ति, बुक ऑफ मार्क चैप्टर नंबर 11 वर्स 24 एदे विच लिखा, इसलिए मैं तुहानू आखदा हाँ कि जो कुछ तुसी प्रार्थना करके मंगो प्रतीत करो जो सानू मिल गया तां तुहानू मिलेगा। हालेलुया। कहिंदा मैं तुहानू आखदा हां जो कुछ तुसी प्रार्थना करके मंगो प्रतीत करो, जो कुछ भी तुसी प्रार्थना करके मंगना है तुसी प्रतीत करनी है, तुसी भरोसा करना, तुसी विश्वास करना कि जो सानू मिल गया ते तुहानू मिलेगा, तुहाडे लई हो जाएगा। हालेलुया। शक नहीं करना प्रार्थना करके, भरोसा करना है। कहिंदा जो कुछ तुसी प्रार्थना करके मंगो प्रतीत करो कि सानू मिल गया या ते तुहानू मिलेगा। जदों असी प्रार्थना करनी है असी नाल दी नाल भरोसा कर लेना कि सानू मिल चुका, साडे लई हो गया। मैं बहुत सारे लोगों नू मिली है, उन्होंने लाइफ दे विच बहुत सारिया चीजा सी जिन्हां दे बारे विच मैनू पता सीगा कि ये काम पहला इन्हां दे जीवन च नहीं होया सी पर हुण हो चुक्या। मैं उन्होंने पूछा तुसी टेस्टिमनी देती, नहीं सिस्टर जी अजे असी सोचते हाँ, हले ना साडे न्याणियां दे जीवन च भी फलाना काम रहिंदा वो हो जावे। जो हो चुका उहदा ते धन्नवाद कर दिओ, वो तो दसो कि हो चुका। जदों तुसी किसे बच्चे नू कोई गिफ्ट दिन्ने आ जां किसे स्याणे नू भी तुसी गिफ्ट दिन्ने आ, अगर वह तुहाडे पहले दिते हुए तोहफे दे लई शुक्रगुजारी नहीं करदा ते तुसी दूजा उहनू दिंदे नहीं, ते तुसी कितना यह सोचते हैं कि जो कुछ परमेश्वर सानू दे रहे असी उहनू नप्पी छड्डीए ते सानू होर देगा। नहीं, जो तुहानू मिल चुकिया छोटे तो छोटे काम की टेस्टिमनी दिओ, क्योंकि वह छोटा किसे लिए हो सकता तुहाडे लिए छोटा नहीं सी, तुसी दुखी सी, तुसी उस काम लिए प्रार्थना कर रहे सी, तुहाडा हो गया, इहदा मतलब वह गवाही बन चुकी है। हालेलुया। कदी भी परमेश्वर दे काम नू छुपाओ ना, अगर तुसी चाहुंदे आ वड्डे वड्डे काम होण ता हर वह काम जो तुहाडे जीवन दे विच हो रहा उस काम नू बयान करो, यही तो खुशखबरी का प्रचार आ। असी दुखी सी प्रभु ने सानू दुख चो बाहर काढ़ दिता, यह की है खुशखबरी, खुशी दी खबर एक्चुअल च यही है। जदों कोई दुख चो बाहर आ जाए, जेड़े दुख चो बाहर आ गया ओदे लई खुशी दी खबर बन जाती है। अरे असी परमेश्वर दी हजूरी दे विच आए, परमेश्वर ने सानू साडे दुखां चो बाहर कढ़िया, यही खुशी दी खबर है। तुहाडियां टेस्टिमनीज ही तुहाडी गुड न्यूज आ,
ਜਦੋਂ ਇਹ ਗੁੱਡ ਨਿਊਜ਼ ਤੁਸੀਂ ਜਾ ਕੇ ਦੂਜਿਆਂ ਨੂੰ ਸੁਣਾਓਗੇ, ਇਹ ਖੁਸ਼ੀ ਦੀ ਖਬਰ ਤੁਸੀਂ ਦੂਜਿਆਂ ਦੇ ਅੱਗੇ ਬਿਆਨ ਕਰੋਗੇ, ਤੁਸੀਂ ਪਰਮੇਸ਼ਵਰ ਦੀ ਮਹਿਮਾ ਕਰੋਗੇ। ਔਰ ਵਚਨ 'ਚ ਲਿਖਿਆ ਕਿ ਜਾਓ ਜਗਤ ਦੇ ਵਿੱਚ ਜਾ ਕੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਹਾਲੇਲੂਇਆ। ਤਾਂ ਜਗਤ ਦੇ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕਰੋ। ਜੋ ਖੁਸ਼ੀ ਦੀਆਂ ਖਬਰਾਂ ਤੁਹਾਡੇ ਜੀਵਨ 'ਚ ਪਰਮੇਸ਼ਵਰ ਨੇ ਪੈਦਾ ਕੀਤੀਆਂ ਆ, ਤੁਹਾਨੂੰ ਸੈਲੀਬ੍ਰੇਟ ਕਰਨ ਨੂੰ ਦਿੱਤੀਆਂ ਆ, ਉਤਸਵ ਮਨਾਉਣ ਨੂੰ ਦਿੱਤੀਆਂ ਆ, ਤੁਸੀਂ ਲੋਕਾਂ ਦੇ ਨਾਲ ਉਹਨਾਂ ਨੂੰ ਸ਼ੇਅਰ ਕਰੋ। ਜਦੋਂ ਆਪਣੇ ਭੈਣਾਂ ਭਰਾਵਾਂ ਦੇ ਘਰਾਂ ਦੇ ਵਿੱਚ ਜਾਂਦੇ ਆ, ਚਾਹ ਸਮੋਸੇ ਖਾ ਕੇ ਉੱਠ ਕੇ ਨਾ ਆ ਜਾਇਆ ਕਰੋ। ਉਹਨਾਂ ਨੂੰ ਦੱਸਿਆ ਕਰੋ, ਤੁਸੀਂ ਮੇਰੇ 'ਚ ਕੁਛ ਨੋਟਿਸ ਨਹੀਂ ਕੀਤਾ। ਤੁਹਾਨੂੰ ਪਤਾ ਮੈਂ ਅੱਗੇ ਜਦੋਂ ਵੀ ਆਉਂਦਾ ਸੀ, ਮੈਂ ਆਲਵੇਜ਼ ਇਹੀ ਕਹਿੰਦਾ ਰਹਿੰਦਾ ਸੀ, ਕਹਿੰਦੀ ਰਹਿੰਦੀ ਸੀ, ਹਾਏ ਮੇਰਾ ਲੱਕ, ਹਾਏ ਮੇਰਾ ਲੱਕ, ਮੇਰਾ ਕੋਈ ਲੱਕ ਨਹੀਂ ਹੁਣ ਦੁਖਦਾ। ਮੈਂ ਚਰਚ ਨੂੰ ਜਾਂਦਾ ਹਾਂ, ਮੇਰੇ ਲਈ ਉੱਥੇ ਯਿਸੂ ਮਸੀਹ ਦੇ ਨਾਮ 'ਚ ਪ੍ਰਾਰਥਨਾ ਕੀਤੀ ਗਈ, ਮੈਂ ਪ੍ਰਾਰਥਨਾ ਨੂੰ ਰਿਸੀਵ ਕੀਤਾ, ਖੁਦਾ ਦੇ ਹੱਥ ਨੇ ਮੈਨੂੰ ਛੂ ਕੇ ਚੰਗਾ ਕਰਤਾ, ਲੱਕ ਦੀ ਦਰਦ ਜਾਂਦੀ ਰਹੀ। ਹਾਲੇਲੂਇਆ। ਇਹ ਕੀ ਆ? ਖੁਸ਼ ਖਬਰੀ ਦਾ ਪ੍ਰਚਾਰ। ਤੁਸੀਂ ਆਪਣੇ ਪਰਮੇਸ਼ਵਰ ਦੀ ਮਹਿਮਾ ਦਾ ਬੀਜ ਉਸ ਘਰ ਦੇ ਵਿੱਚ ਬੀਜ ਦਿੱਤਾ, ਭਾਵੇਂ ਤੁਸੀਂ ਉਹਨਾਂ ਨੂੰ ਨਹੀਂ ਕਿਹਾ ਮੇਰੇ ਨਾਲ ਚਰਚ ਨੂੰ ਚੱਲ, ਭਾਵੇਂ ਤੁਸੀਂ ਕੁਛ ਵੀ ਹੋਰ ਨਹੀਂ ਕਿਹਾ, ਤੁਸੀਂ ਸਿਰਫ ਆਪਣੀ ਟੈਸਟੀਮਨੀ ਸ਼ੇਅਰ ਕੀਤੀ, ਪਰ ਯਾਦ ਰੱਖਿਓ, ਜਦ ਕਦੇ ਵੀ ਉਹਦੇ ਲੱਕ ਦੇ ਵਿੱਚ ਚਸਕਾ ਪਏਗਾ ਨਾ, ਉਹਨੂੰ ਇਹ ਟੈਸਟੀਮਨੀ ਯਾਦ ਆਏਗੀ, ਔਰ ਉਹ ਤੁਹਾਨੂੰ ਜ਼ਰੂਰ ਕਹੇਗਾ ਕਿਹੜੇ ਚਰਚ ਨੂੰ ਜਾਂਦਾ ਸੀ, ਕਿੱਦਾਂ ਪ੍ਰਾਰਥਨਾ ਕੀਤੀ ਸੀ। ਔਰ ਫਿਰ ਤੁਸੀਂ ਜ਼ਰੂਰ ਉਹਨੂੰ ਦੱਸਿਓ ਕਿ ਜੇ ਤੂੰ ਹੀ ਸ਼ਿਫਾ ਲੈਣੀ ਆ, ਸਿਰਫ ਲੱਕ ਦਰਦ ਤੋਂ ਨਹੀਂ, ਉੱਥੇ ਦਿਲਾਂ ਦੇ ਦਰਦ ਤੋਂ ਵੀ ਸ਼ਿਫਾ ਮਿਲਦੀ ਆ। ਹਾਲੇਲੂਇਆ। ਉੱਥੇ ਪਾਪ ਦੇ ਦਰਦ ਤੋਂ ਵੀ ਸ਼ਿਫਾ ਮਿਲਦੀ ਆ। ਔਰ ਸੱਚਮੁੱਚ ਖੁਦਾ ਛੁਟਕਾਰੇ ਦਾ ਖੁਦਾ, ਯਿਸੂ ਮਸੀਹ ਜੀ ਨੂੰ ਕੀ ਕਿਹਾ ਗਿਆ? ਮੁਕਤੀ ਦਾਤਾ। ਮੁਕਤੀ ਦਾਤੇ ਦਾ ਮਤਲਬ ਕੀ ਆ? ਮੁਕਤ ਕਰਨ ਵਾਲਾ। ਤੇ ਅਸੀਂ ਕਿਹੜੀਆਂ ਚੀਜ਼ਾਂ ਤੋਂ ਮੁਕਤ ਹੋਣਾ ਚਾਹੁੰਦੇ ਆ? ਦੁੱਖਾਂ ਤੋਂ, ਤਕਲੀਫਾਂ ਤੋਂ, ਬੰਧਨਾਂ ਤੋਂ, ਪਾਪ ਤੋਂ, ਨਸ਼ਿਆਂ ਤੋਂ, ਹਰ ਬੁਰੀ ਚੀਜ਼ ਤੋਂ ਅਸੀਂ ਮੁਕਤੀ ਚਾਹੁੰਦੇ ਹਾਂ। ਔਰ ਜਿਹੜਾ ਸਾਨੂੰ ਉਹਨਾਂ ਚੀਜ਼ਾਂ ਤੋਂ ਮੁਕਤ ਕਰਦਾ, ਉਹਨੂੰ ਕਿਹਾ ਜਾਂਦਾ ਮੁਕਤੀ ਦਾਤਾ। ਪ੍ਰਭੂ ਯਿਸੂ ਮਸੀਹ ਦਾ ਨਾਮ ਆ ਮੁਕਤੀ ਦਾਤਾ। ਉਹ ਸਿਰਫ ਤੁਹਾਨੂੰ ਰੋਗਾਂ ਤੋਂ ਮੁਕਤ ਨਹੀਂ ਕਰਦਾ, ਹਰ ਉਸ ਚੀਜ਼ ਤੋਂ ਤੁਹਾਨੂੰ ਮੁਕਤ ਕਰਨ ਦੀ ਸਮਰੱਥ ਰੱਖਦਾ ਜਿਸ ਤੋਂ ਤੁਸੀਂ ਮੁਕਤ ਹੋਣਾ ਚਾਹੁੰਦੇ ਹੋ। ਹਾਲੇਲੂਇਆ। ਸੋ ਅੱਜ ਜੋ ਕੁਛ ਵੀ ਤੁਸੀਂ ਇੱਥੇ ਪ੍ਰਾਰਥਨਾ ਕੀਤੀਆਂ ਸਵੇਰ ਤੋਂ ਲੈ ਕੇ ਹੁਣ ਤੱਕ ਤੇ ਹੁਣ ਤੋਂ ਬਾਅਦ 'ਚ ਆਖਿਰ ਤੱਕ ਤੁਸੀਂ ਜੋ ਵੀ ਪ੍ਰਾਰਥਨਾ ਕਰੋਗੇ, ਵਚਨ ਦੇ ਵਿੱਚ ਕੀ ਲਿਖਿਆ? ਕਹਿੰਦਾ ਤੁਸੀਂ ਪ੍ਰਤੀਤ ਕਰੋ, ਤੁਸੀਂ ਭਰੋਸਾ ਕਰਿਓ ਕਿ ਜੋ ਅੱਜ ਮੈਂ ਪ੍ਰਾਰਥਨਾ ਕੀਤੀ ਮੇਰੇ ਲਈ ਹੋ ਚੁੱਕਿਆ, ਜੋ ਮੈਂ ਅੱਜ ਆਪਣੇ ਬੱਚਿਆਂ ਲਈ ਮੰਗ ਰਿਹਾ ਖੁਦਾ ਦੇ ਕੋਲੋਂ ਮੈਨੂੰ ਮਿਲ ਚੁੱਕਿਆ। ਕਹਿੰਦਾ ਤੁਹਾਡੇ ਲਈ ਹੋ ਜਾਏਗਾ। ਹਾਲੇਲੂਇਆ। ਔਰ ਤੁਸੀਂ ਨੈਕਸਟ ਮੰਥ ਟੈਸਟੀਮਨੀ ਦੇ ਨਾਲ ਆਓਗੇ, ਨਵੀਂ ਗਵਾਹੀ ਦੇ ਨਾਲ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਔਰ ਅਸੀਂ ਆਨਲਾਈਨ ਵਿਊਅਰਸ ਨੂੰ ਤੇ ਜਿੰਨੇ ਭੈਣ ਭਰਾ ਇੱਥੇ ਬੈਠੇ ਅਸੀਂ ਉਹਨਾਂ ਨੂੰ ਗੁੱਡ ਨਿਊਜ਼ ਦੇਣਾ ਚਾਹੁੰਦੇ ਹਾਂ ਕਿ ਅਗਲੇ ਵੀਰਵਾਰ ਤੋਂ 7 ਹਫ਼ਤੇ ਰੈਗੂਲਰ ਇੱਥੇ ਸਪੈਸ਼ਲ ਪ੍ਰੇਅਰ ਕੀਤੀ ਜਾਏਗੀ। ਹਾਲੇਲੂਇਆ। 7 ਵੀਕਸ ਰੈਗੂਲਰ ਕੰਟੀਨਿਊ ਹਰ ਵੀਰਵਾਰ ਨੂੰ ਇੱਥੇ ਵਿਸ਼ੇਸ਼ ਪ੍ਰਾਰਥਨਾ ਕੀਤੀ ਜਾਏਗੀ। ਔਰ ਅੱਜ ਦੇ ਵਾਂਗਰ ਨਹੀਂ, ਅੱਜ ਤੋਂ ਵੀ ਜ਼ਿਆਦਾ ਗਵਾਹੀਆਂ ਹਰ ਹਫ਼ਤੇ ਬਣਨਗੀਆਂ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ, ਕਿਉਂਕਿ ਹਰ ਹਫ਼ਤੇ ਤੁਹਾਡਾ ਵਿਸ਼ਵਾਸ ਵੀ ਵਧਦਾ ਜਾਏਗਾ। ਔਰ ਜਿੱਦਾਂ ਜਿੱਦਾਂ ਤੁਹਾਡਾ ਵਿਸ਼ਵਾਸ ਵਧੇਗਾ, ਤਿਵੇਂ ਤਿਵੇਂ ਪਰਮੇਸ਼ਵਰ ਦਾ ਕੰਮ ਵੀ ਤੁਹਾਡੇ ਜੀਵਨ ਦੇ ਵਿੱਚ ਵਧੇਗਾ। ਹਾਲੇਲੂਇਆ। ਔਰ ਜਿਨ੍ਹਾਂ ਨੂੰ ਵੀ ਤੁਸੀਂ ਚਾਹੁੰਦੇ ਹੋ ਕਿ ਚੰਗੇ ਹੋ ਜਾਣ, ਜਿਹੜੇ ਵੀ ਚਾਹੁੰਦੇ ਆ ਕਿ ਅਸੀਂ ਚੰਗੇ ਹੋ ਜਾਈਏ, ਉਹਨਾਂ ਨੂੰ ਕਹੋ ਆਓ, ਆਓ ਤੁਸੀਂ ਸਾਡੇ ਨਾਲ ਪਰਮੇਸ਼ਵਰ ਦੇ ਘਰ ਦੇ ਵਿੱਚ ਚੱਲੋ, ਤੁਸੀਂ ਉੱਥੇ ਦੇਖੋ ਸਾਡੇ ਪਰਮੇਸ਼ਵਰ ਨੂੰ ਕੰਮ ਕਰਦੇ ਆ। ਔਰ ਉਹਨਾਂ ਦੇ ਮਨਾਂ ਦੇ ਭਰਮ ਵੀ ਨਿਕਲਣਗੇ, ਉਹਨਾਂ ਦੇ ਵਹਿਮ ਟੁੱਟ ਜਾਣਗੇ। ਬਹੁਤ ਗਲਤ ਚੀਜ਼ਾਂ ਉਹਨਾਂ ਦੇ ਦਿਲਾਂ ਦਿਮਾਗਾਂ ਦੇ ਵਿੱਚ ਵੈਰੀ ਨੇ ਬਣਾਈਆਂ ਹੋਈਆਂ, ਜਦੋਂ ਆਉਣਗੇ ਇੱਥੇ ਪਰਮੇਸ਼ਵਰ ਦੇ ਆਤਮਾ ਨੂੰ ਕੰਮ ਕਰਦਿਆਂ ਦੇਖਣਗੇ, ਪਰਮੇਸ਼ਵਰ ਦੇ ਹੱਥ ਨੂੰ ਖੁੱਲੀਆਂ ਅੱਖਾਂ ਦੇ ਨਾਲ ਕੰਮ ਕਰਦਿਆਂ ਦੇਖਣਗੇ, ਔਰ ਉਹ ਸ਼ੱਕ ਵਿੱਚ ਨਹੀਂ ਵਿਸ਼ਵਾਸੀ ਬਣ ਕੇ ਜਾਣਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ। ਹਾਲੇਲੂਇਆ। ਸੋ ਸਭ ਨੇ ਜਾ ਕੇ ਆਪਣੇ ਫਰੈਂਡਸ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਜਿਹਨੂੰ ਜਿਹਨੂੰ ਤੁਸੀਂ ਦੱਸਣਾ ਚਾਹੁੰਦੇ ਆ, ਤੁਸੀਂ 7 ਹਫ਼ਤੇ ਸ਼ਿਫਾ ਦੇ ਉਹਨਾਂ ਨੂੰ ਦੱਸੋ ਕਿ ਆਓ ਸਾਡੇ ਨਾਲ 7 ਵੀਕਸ ਜਿਹੜਾ ਆ ਉਹ ਚਰਚ ਦੇ ਵਿੱਚ ਵਿਸ਼ੇਸ਼ ਪ੍ਰਾਰਥਨਾ ਹਰ ਵੀਰਵਾਰ ਹੋਣ ਵਾਲੀ ਆ, ਤੁਸੀਂ ਜ਼ਰੂਰ ਉਹਨਾਂ ਨੂੰ ਲੈ ਕੇ ਆਓ, ਔਰ ਸੱਚਮੁੱਚ ਤੁਸੀਂ ਪਰਮੇਸ਼ਵਰ ਦੀ ਕਿਰਪਾ ਨੂੰ ਆਪਣੇ ਜੀਵਨ ਦੇ ਵਿੱਚ ਦੇਖੋਗੇ। ਹਾਲੇਲੂਇਆ। ਸੋ ਅਸੀਂ ਵਿਸ਼ਵਾਸ ਕਰਨਾ, ਗੱਲ ਵਿਸ਼ਵਾਸ ਦੀ ਆ। ਬਹੁਤ ਵਾਰੀ ਅਸੀਂ ਪ੍ਰਾਰਥਨਾ ਕਰਦੇ ਹਾਂ ਔਰ ਵਿਸ਼ਵਾਸ ਨਹੀਂ ਕਰਦੇ, ਕਈ ਵਾਰੀ ਅਸੀਂ ਪ੍ਰਾਰਥਨਾ ਕਰਦੇ ਹਾਂ ਔਰ ਰੋਜ਼ ਅਸੀਂ ਸੇਮ ਹੀ ਪ੍ਰਾਰਥਨਾ ਕਰੀ ਜਾਂਦੇ ਹਾਂ, ਜਿਹੜੀ ਕਿ ਇੱਕ ਮਿਸਟੇਕ ਦੇ ਵਾਂਗ ਆ, ਇੱਕ ਗਲਤੀ ਦੇ ਵਾਂਗ ਆ। ਜਿੱਦਾਂ ਮੈਂ ਅੱਜ ਮੰਨ ਲਓ ਕਿ ਮੈਂ ਅੱਜ ਪ੍ਰਾਰਥਨਾ ਕੀਤੀ, ਪ੍ਰਭੂ ਜੀ ਮੇਰੇ ਚੰਗੇ ਨੰਬਰ ਆ ਜਾਣ,
फिर कल प्रार्थना की प्रभु जी मेरे चंगे नंबर आ जाए, फिर परसों प्रार्थना की प्रभु जी मेरे चंगे नंबर आ जाए, कि प्रभु नू मेरी पहली प्रार्थना का चेता भुल गया। ओनू तो कले कले का नाम पता है, ओनू कले कले का हाल पता है, तो मैं एवरी डे ये कह की जरूरत नहीं है कि प्रभु जी मेरे चंगे नंबर आ जा। हाँ मैं एक बार कह दिता कि प्रभु जी मेरे चंगे नंबर आ जा, पर हूँ मैं की कहना है, मैं धन्यवाद करना मेरे चंगे नंबर आ चुके हैं प्रभु यीशु मसीह के नाम के। प्रभु तुम मेरी दुआ न सुन लिया, मैं धन्यवाद करता हाँ। मैं वो रिजल्ट जरा गवाही के रूप के आने वाला मैं वह इंतजार कर रहा, क्योंकि प्रभु तुम मेरी प्रार्थना का उत्तर दे दिता है। हालेलुया। असि एक वारी प्रार्थना करनी है, बाकी वारी असि धन्यवाद ही करना है। जेड़ा धन्यवाद असि प्रार्थना दे उत्तर आउण दे बाद विच करदे आ, मतलब जेड़ा धन्यवाद असि काम करन काम होण तो बाद विच करदे ओ धन्यवाद ही अखवाउंदा आ, पर जेड़ा धन्यवाद असि काम होण तो पहला करदे आ ओ नेचा अखवाउंदा आ। हालेलुया। अरवचन च की लिखा, नेचा अंडिठ वस्तां दा सबूत आ, जेड़ियां नहीं होईयां पर असी यकीन कर लिया कि साडे लई हो चुकियां। असी एक वारी कहा कि आ काम हो जाए, करजे दे बंधन टुट जाण, हुण एवरी डे की हो रहा है, धन्यवाद प्रभु जी तुसी मेरे सारे करजे दे बंधन तोड़ दिते, प्रभु तुसी मेरी बीमारी दे बंधन तोड़ दिते, तुसी साडे घर चों कलेश दे बंधन तोड़ दिते, अणअज्ञाकारी दे बंधन तोड़ते, गरीबी दे बंधन तोड़ दे। ये की आ नेचा, काम होण तों पहलां धन्यवाद। अरे किसे मनुख दा सिधांत नहीं आ यह, बाइबल का सिद्धांत आ, मतलब यह परमेश्वर का दिता हुआ सिद्धांत आ। और जो असी परमेश्वर जी के दिते हुए सिद्धांतों फॉलो करते हैं, असी बरकत तो वांझे नहीं रहिंदे, असी वचन नू फॉलो करांगे तो वचन के अनुसार ही सानू बरकत मिलेगी। हालेलुया। डैनियल की किताब पवित्र बाइबल दे विचों देखांगे, डैनियल की किताब उसका 10 नंबर अध्याय तो वो आप 12 ते 13 नंबर पंक्ति दे विच देखांगे। इस तो पहला असी 2 ते 3 नंबर पंक्ति जड़ी उन्हों देख लेने हैं। इत्थे लिखा, मैं डैनियल उन्हां दिनां विच 3 सातियां तोड़ी सोग करदा रहा, मैं स्वाद दी रोटी ना खादी अते मेरे मुँह विच मांस अर शराब ना पए अते मैं अपने उत्ते तेल ना मलिया, इत्थों तीकर जो 3 साते पूरे लंघ गए। डैनियल ने 21 दिन उपवास किया, वर्त प्रार्थना रखी, उन्हें अपने जिस्म के उत्ते भी कोई मसाज नहीं की, कोई तेल नहीं मलिया, अपने आप नूं खुशक रख्या, उन्हें कोई चिकने पदार्थ नहीं खाधे, वर्त दे विच सी 21 दिन वर्त दे विच सी, उन्हें कोई प्रार्थना की परमेश्वर दे अगे, उन्हें अपने विषय रखे, जिद्दां आपां भी कई वारी कोई 7 वर्त रखदा, कोई 3 वर्त रखदा, तां असीं भी विशा रखदे आ परमेश्वर दे अगे, तां डैनियल ने भी विशा रख के प्रार्थना की। आओ असीं 12 ते 13 दे विच देखदे आ, शॉर्ट दे विच देखांगे। तां उसने मैनूं आख्या, एक आदमी एक स्वर्गदूत जिहड़ा आ उह डैनियल दे कोल पहुंचिया आ और उह गल कर रिहा, तां उसने मैनूं आख्या, हे डैनियल ना डर, क्यों जो पहले ही दिन तो जब तू अपना मन समझन लई अते अपने परमेश्वर दे अगे अधीनगी करन लई लाया, सो तेरियां गल्लां सुनियां गईयां अते तेरियां गल्लां दे लई ही मैं आया हाँ, पर फारस दे राज दे प्रधान ने मैनू 21 दिनां तीकर अटका छड्डिया, वेख मिकाएल जो प्रधानां विचों वड्डा है मेरी सहायता नू पहुंचिया, सो मैं उत्थे फारस दे राजियां नाल रहा। हालेलुया। सो असी इत्थे की देखते हैं, डैनियल 21 दिनां तक प्रार्थना दे विच सी, वर्त रख के प्रार्थना कर रहा सी, और जदों उहदी वर्त प्रार्थना पूरी होई तां स्वर्गदूत इक उहदे कोले आया और की कह रहा, पहले ही दिन तेरी प्रार्थना जिहड़ी सी उह सुनी गई सी। किन्ने दिनां बाद सुनी गई? पहले ही दिन कहिंदा तेरी प्रार्थना सुनी गई सी, पर बाकी दे दिनां तक क्यों नहीं उत्तर पहुंचिया सी? राह दे विच फरिश्तियां दी लड़ाई हो रही सी, रोकण वालियां शक्तियां रोक रहियां सीगियां। फिर वो कहिंदा एक बली दूत दा नाम इत्थे लिखिया होया है, मिकाएल दा, कहिंदा फिर मिकाएल जड़ा है जड़ा प्रधान है, कहिंदा वो आया मदद नू। सो कई वारी असी प्रार्थना करदे सानू लगदा साडी प्रार्थना दा उत्तर नहीं आया, इहदा मतलब खरिया सुनी नहीं है रब ने, असी मुड़ मुड़ के उही प्रार्थना नू रिपीट करी
ਕੀਤੀ ਜਾਂਦੇ ਹਾਂ, ਜਦਕਿ ਉਹਦੀ ਜਗ੍ਹਾ ਤੇ ਸਾਨੂੰ ਹੋਰ ਬਹੁਤ ਸਾਰੀਆਂ ਪ੍ਰੇਅਰਸ ਕਰਨ ਦੀ ਜ਼ਰੂਰਤ ਹੁੰਦੀ ਹੈ, ਪਰ ਅਸੀਂ ਹੋਰ ਕਿਸੇ ਚੀਜ਼ ਵੱਲ ਨੂੰ ਧਿਆਨ ਨਾ ਦੇ ਕੇ ਅਸੀਂ ਇੱਕੋ ਚੀਜ਼ ਦਾ ਜਿਹੜਾ ਆ ਉਹ ਰੱਟਾ ਬਾਰ ਬਾਰ ਲਗਾਈ ਜਾਂਦੇ, ਔਰ ਦੋ ਦੋ ਘੰਟੇ ਤੱਕ ਅਸੀਂ ਉਹੀ ਚੀਜ਼ ਨੂੰ ਜਿਹੜਾ ਆ ਪਰਮੇਸ਼ਵਰ ਦੇ ਅੱਗੇ ਰਿਪੀਟ ਕਰ ਰਹੇ ਹਾਂ, ਜਿਹੜਾ ਕਿ ਠੀਕ ਗੱਲ ਨਹੀਂ ਆ। ਸਾਡੀ ਪ੍ਰਾਰਥਨਾ ਪਹਿਲੇ ਹੀ ਦਿਨ ਸੁਣੀ ਜਾਂਦੀ ਆ। ਕਿਹੜੀ ਪ੍ਰਾਰਥਨਾ ਸੁਣੀ ਜਾਂਦੀ? ਇੱਥੇ ਲਿਖਿਆ ਆ, ਕਹਿੰਦਾ ਜਦ ਤੂੰ ਆਪਣਾ ਮਨ ਸਮਝਣ ਲਈ ਅਤੇ ਆਪਣੇ ਪਰਮੇਸ਼ਵਰ ਦੇ ਅੱਗੇ ਅਧੀਨਗੀ ਕਰਨ ਲਈ ਲਾਇਆ। ਜਿਹੜੀਆਂ ਪ੍ਰਾਰਥਨਾਵਾਂ ਅਸੀਂ ਮਨ ਨਾਲ ਕਰਦੇ ਹਾਂ ਔਰ ਪਰਮੇਸ਼ਵਰ ਦੀ ਅਧੀਨਗੀ ਦੇ ਵਿੱਚ ਰਹਿ ਕੇ ਅਤੇ ਪਰਮੇਸ਼ਵਰ ਦੀ ਅਧੀਨਗੀ ਦੇ ਵਿੱਚ ਰਹਿਣ ਲਈ ਤਿਆਰ ਹੋ ਕੇ ਕਰਦੇ ਹਾਂ, ਉਹ ਪ੍ਰਾਰਥਨਾਵਾਂ ਪਹਿਲੇ ਹੀ ਦਿਨ ਸੁਣੀਆਂ ਜਾਂਦੀਆਂ ਆ। ਭਾਵ ਉਹ ਪ੍ਰਾਰਥਨਾਵਾਂ ਜਿਨ੍ਹਾਂ ਦੇ ਵਿੱਚ ਕੋਈ ਅਸੀਂ ਕਿਸੇ ਦੀ ਬੁਰਾਈ ਨਹੀਂ ਚਾਹੁੰਦੇ, ਉਹ ਪ੍ਰਾਰਥਨਾਵਾਂ ਜਿਨ੍ਹਾਂ ਦੇ ਵਿੱਚ ਨਿੱਜੀ ਸਵਾਰਥ ਨਹੀਂ ਆ, ਉਹ ਪ੍ਰਾਰਥਨਾਵਾਂ ਜਿਹੜੀਆਂ ਸਾਡੀ ਤੇ ਦੂਜਿਆਂ ਦੀ ਭਲਾਈ ਪੈਦਾ ਕਰਦੀਆਂ, ਉਹ ਪ੍ਰਾਰਥਨਾਵਾਂ ਪਹਿਲੇ ਹੀ ਦਿਨ ਸੁਣੀਆਂ ਜਾਂਦੀਆਂ ਆ। ਬਾਕੀ ਦਿਨ ਤੁਸੀਂ ਧੰਨਵਾਦ ਹੀ ਕਰਨਾ ਆ, ਪ੍ਰਭੂ ਮੈਂ ਯਕੀਨ ਕਰਦਾ ਆ ਕਿ ਮੇਰੇ ਲਈ ਉੱਤਰ ਜਿਹੜਾ ਆ ਉਹ ਭੇਜ ਦਿੱਤਾ ਗਿਆ ਆ, ਮੇਰੇ ਤੱਕ ਪਹੁੰਚਣ ਹੀ ਵਾਲਾ ਆ, ਮੇਰਾ ਉਹ ਸਵਰਗ ਦੂਤ ਜਿਹੜਾ ਉੱਤਰ ਲੈ ਕੇ ਆ ਰਿਹਾ ਆ ਉਹ ਸਮਰਥੀ ਆ। ਪ੍ਰਭੂ ਤੁਸੀਂ ਉਹਨੂੰ ਹੋਰ ਬਲ ਦਿਓ ਕਿ ਉਹ ਜਲਦੀ ਪਹੁੰਚ ਸਕੇ। ਤੁਸੀਂ ਇਸ ਬਿਦ ਪ੍ਰਾਰਥਨਾ ਕਰ ਸਕਦੇ ਹੋ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਹਾਡੀ ਪ੍ਰਾਰਥਨਾ ਨਹੀਂ ਸੁਣੀ ਗਈ। ਤੁਹਾਡੀ ਪ੍ਰਾਰਥਨਾ ਸੁਣੀ ਗਈ, ਅਗਰ ਤੁਸੀਂ ਸਾਫ਼ ਨੀਤ ਨਾਲ ਪ੍ਰਾਰਥਨਾ ਕੀਤੀ ਆ, ਡੈਫੀਨੇਟਲੀ ਯਕੀਨਨ ਉਹ ਸੁਣੀ ਗਈ ਆ। ਹਾਂ, ਕੁਝ ਪ੍ਰਾਰਥਨਾਵਾਂ ਹੈਗੀਆਂ ਆ ਜਿਹੜੀਆਂ ਨਹੀਂ ਸੁਣੀ ਜਾਂਦੀਆਂ, ਉਹ ਕਿਹੜੀਆਂ ਆ? ਕਹਿੰਦਾ ਮੇਰੇ ਕੰਨ ਭਾਰੇ ਨਹੀਂ ਕਿ ਤੁਹਾਡੀ ਦੁਹਾਈ ਨੂੰ ਨਾ ਸੁਣਨ, ਹੱਥ ਛੋਟਾ ਨਹੀਂ ਕਿ ਤੁਹਾਡੀ ਮਦਦ ਨੂੰ ਨਾ ਅੱਪੜੇ, ਪਰ ਕਹਿੰਦਾ ਤੁਹਾਡੀਆਂ ਬੁਰਾਈਆਂ ਨੇ ਮੇਰੇ ਵਿਚਕਾਰ ਤੇ ਤੁਹਾਡੇ ਵਿਚਕਾਰ ਦੂਰੀ ਪਾ ਦਿੱਤੀ ਆ। ਸੁਣੀ ਉਹ ਵੀ ਜਾਂਦੀ ਆ ਪਰ ਉੱਤਰ ਨਹੀਂ ਆਉਂਦਾ ਉਹਦਾ, ਕਿਉਂਕਿ ਦੂਰੀ ਪੈ ਚੁੱਕੀ ਆ। ਕਹਿੰਦਾ ਤੁਹਾਡੇ ਹੱਥ ਲਹੂ ਨਾਲ ਲਿਪੜੇ ਹੋਏ ਆ, ਜਦੋਂ ਤੁਸੀਂ ਹੱਥ ਚੱਕਦੇ ਆ ਤਾਂ ਘੇੜ ਆਉਂਦੀ ਆ ਪਰਮੇਸ਼ਵਰ ਨੂੰ, ਕਿਉਂ? ਕਿਉਂਕਿ ਹੱਥ ਲਹੂ ਨਾਲ ਲਿਬੜੇ ਆ। ਕਿਹਦੇ ਲਹੂ ਦੇ ਨਾਲ ਲਿਬੜੇ ਆ? ਪਾਪ ਦੇ ਲਹੂ ਦੇ ਨਾਲ, ਬੁਰਾਈ ਦੇ ਲਹੂ ਦੇ ਨਾਲ, ਖੁਦਗਰਜੀ ਦੇ ਲਹੂ ਦੇ ਨਾਲ, ਸਵਾਰਥ ਪੁਣੇ ਦੇ ਨਾਲ ਲਿਬੜੇ ਹੋਏ ਆ। ਜਿਹੜੇ ਹੱਥ ਸਵਾਰਥੀ ਆ, ਬਦਨੀਤੀ ਦੇ ਆ, ਉਹ ਹੱਥ ਚੱਕੇ ਹੋਏ ਪਰਮੇਸ਼ਵਰ ਦੇਖਦਾ ਨਹੀਂ। ਅਗਰ ਸਾਡੇ ਮਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪਾਪ ਆ, ਕਿਸੇ ਵੀ ਤਰ੍ਹਾਂ ਦੀ ਬਦੀ ਆ, ਸਾਡੀ ਪ੍ਰਾਰਥਨਾ ਸੁਣੀ ਜਾਣੀ ਨਹੀਂ। ਮੈਂ ਆਲਵੇਸ ਐਂਡ ਵਾਂਸ ਅਗੇਨ ਟੁਡੇ, ਹਮੇਸ਼ਾ ਤੇ ਫਿਰ ਤੋਂ ਅੱਜ ਮੈਂ ਕਹੂੰਗੀ, ਆਪਣਾ ਮਸੀਹ ਵਿੱਚ ਆਉਣ ਦਾ ਫਾਇਦਾ ਤਾਂ ਹੀ ਆ ਜੇ ਆਪਾਂ ਸੱਚੀ ਸੁਧਰ ਜਾਈਏ। ਦੇਖੋ, ਦੁਨੀਆ ਦੇ ਉੱਤੇ ਡਰਾਮੇਬਾਜ਼ੀ ਬਹੁਤ ਹੋ ਰਹੀ ਹੈ, ਬਹੁਤ ਜ਼ਿਆਦਾ ਨਟੰਕੀ ਚੱਲ ਰਹੀ, ਫੁੱਲ ਬਟਾ ਫੁੱਲ। ਮਤਲਬ ਇੰਨੀ ਨਟੰਕੀ ਕਿ ਮੈਂ ਇਸ ਮੰਚ ਤੋਂ ਐਕਸਪਲੇਨ ਵੀ ਨਹੀਂ ਕਰ ਸਕਦੀ, ਪਰ ਸਮਝਦਾਰ ਦੇ ਲਈ ਇਸ਼ਾਰਾ ਕਾਫੀ ਹੈ। ਪਰ ਉਹ ਲੋਕ ਜਿਨ੍ਹਾਂ ਨੂੰ ਖੁਦਾ ਨੇ ਇਸ ਜਗ੍ਹਾ ਤੇ ਬਿਠਾਇਆ, ਉਹਨਾਂ ਅੱਗੇ ਮੈਂ ਹੱਥ ਬੰਨ ਕੇ ਬੇਨਤੀ ਕਰਨੀ ਚਾਹੂੰਗੀ, ਤੁਹਾਡੇ ਅੱਗੇ ਜਿਹੜੇ ਆਨਲਾਈਨ ਪ੍ਰਭੂ ਦੇ ਪ੍ਰੇਮੀ ਸੁਣ ਰਹੇ ਆ, ਉਹਨਾਂ ਦੇ ਅੱਗੇ ਮੈਂ ਜ਼ਰੂਰ ਬੇਨਤੀ ਕਰਨੀ ਚਾਹੂੰਗੀ, ਤੁਸੀਂ ਸਵਾਰਥੀ ਹੋ ਕੇ ਪਰਮੇਸ਼ਵਰ ਨੂੰ ਨਾ ਮੰਨਿਓ, ਤੁਸੀਂ ਦਿਲ ਨਾਲ ਮੰਨੋ ਪਰਮੇਸ਼ਵਰ ਨੂੰ। ਪਰਮੇਸ਼ਵਰ ਨੂੰ ਇਸ ਲਈ ਮੰਨੋ ਕਿਉਂਕਿ ਉਹ ਪਰਮੇਸ਼ਵਰ ਆ, ਔਰ ਇਸ ਲਈ ਪਰਮੇਸ਼ਵਰ ਦੀ ਹਜ਼ੂਰੀ ਚਾਹੋ ਕਿਉਂਕਿ ਉਹ ਤੁਹਾਡੇ ਨਾਲ ਪਿਆਰ ਕਰਦਾ ਤੇ ਤੁਸੀਂ ਉਹਦੇ ਨਾਲ ਪਿਆਰ ਕਰਦੇ, ਬਸ ਇੰਨਾ ਬਹੁਤ ਆ। ਅਗਰ ਸਿਰਫ ਆਪਾਂ ਇੰਨਾ ਕਰ ਲਿਆ, ਸਮਝ ਲਓ ਦੁਨੀਆ ਦੇ ਸਭ ਤੋਂ ਮਹਾਨ ਲੋਕਾਂ ਦੇ ਵਿੱਚ ਆਪਾਂ ਸ਼ਾਮਲ ਹੋ ਗਏ। ਹਾਲੇਲੂਇਆ, ਸਮਝ ਲਓ ਇਸ ਧਰਤੀ ਤੇ ਆਉਣ ਦਾ ਸਾਡਾ ਅਸਲੀ ਮਕਸਦ ਪੂਰਾ ਹੋ ਗਿਆ। ਇਸ ਤੋਂ ਵੱਧ ਜੋ ਵੀ ਚੀਜ਼ਾਂ ਆ ਨਾ, ਬਸ ਇੰਨਾ ਕੰਮ ਕਰਨ ਦੇ ਬਾਅਦ ਉਹ ਆਪਣੇ ਆਪ ਹੀ ਪੂਰੀਆਂ ਹੋ ਜਾਣੀਆਂ ਆ, ਲੱਤਾਂ ਬਾਹਾਂ ਸਿੱਧੀਆਂ ਆਪੇ ਹੀ ਹੋ ਜਾਣੀਆਂ ਆ, ਦੁੱਖ ਤਕਲੀਫਾਂ ਦੂਰ ਆਪਣੇ ਆਪ ਹੋ ਜਾਣੇ ਆ,
घर दे गरीबी दे बंधन बोझ क्लेश सब चलिया जाना। एक बारी रूह नाल प्यार करके देखो परमेश्वर नूं एकदम पूरे ट्रू हार्ट दे नाल सच्चे दिल नाल प्यार करके देखो। उहदे च कोई खुदगर्जी नहीं, कोई मतलब प्रस्ती नहीं, कोई बिजनेस नहीं, सिर्फ प्रेम, सिर्फ प्रेम, निरस्वार्थ प्रेम खुदा ने किया ना साडे नाल। हुण साडी वारी है, उन्हें करके दिखा दिता। इस तो वध कोई कर नहीं सकता जिन्ना परमेश्वर ने साडे नाल प्रेम किया, और उहदे बराबर तां असीं कर भी नहीं सकते। परमेश्वर के बराबर असीं प्यार नहीं कर सकते, पर जिन्ना कर सकते हैं उन्ना जरूर करो। पता किन्ना करना? अपने बेटे नालों भी ज्यादा, अपनी बेटी नालों भी ज्यादा, अपनी गर्लफ्रेंड नालों ज्यादा, बॉयफ्रेंड नालों ज्यादा, हस्बैंड नालों ज्यादा, वाइफ नालों ज्यादा, अपने पेरेंट्स नालों ज्यादा, मोर देन योर बिजनेस, इवन मोर देन योर एनीथिंग, अपने कारोबार तो ज्यादा, अपनी हर चीज तो ज्यादा। पहला प्यार, सब तो वध जिहड़ा प्यार है ना, अपने परमेश्वर नूं करो, और फिर यही मंच होएगा, यही माइक होएगा, तुहाडी गवाही सब तो वड्डी होएगी प्रभु यीशु मसीह दे नाम दे विच, सब तो वड्डी होएगी। तुहानू कुछ कहना ही नहीं पैना, खुदा नू साडे तो होर कुछ नहीं चाहिदा। कोई असी एक लत ते खलो के तपस्या नहीं करनी, कोई सानू खूच लमकण दी जरूरत नहीं, कोई अपने परिवारां नू असी छड के किधरे जाण दी जरूरत नहीं है सानू। ਇਹ ਪਰਿਵਾਰ ਸਾਨੂੰ ਪਰਮੇਸ਼ਵਰ ਨੇ ਦਿੱਤੇ ਆ। ਇਹ ਜ਼ਿੰਮੇਵਾਰੀਆਂ ਤੋਂ ਭੱਜ ਕੇ ਅਗਰ ਅਸੀਂ ਕਹੀਏ ਅਸੀਂ ਪਰਮੇਸ਼ਵਰ ਨੂੰ ਖੁਸ਼ ਕਰ ਲਾਂਗੇ, ਨਹੀਂ, ਇਹ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਆ। ਇਹਨਾਂ ਜ਼ਿੰਮੇਵਾਰੀਆਂ ਦੇ ਵਿੱਚ ਰਹਿ ਕੇ, ਇਹਨਾਂ ਰਿਸ਼ਤਿਆਂ ਦੇ ਵਿੱਚ ਰਹਿ ਕੇ ਪਰਮੇਸ਼ਵਰ ਨੂੰ ਪ੍ਰੇਮ ਕਰਨਾ ਆ। ਔਰ ਜਿੱਦਣ ਤੁਸੀਂ ਪਰਮੇਸ਼ਵਰ ਨੂੰ ਪ੍ਰੇਮ ਕਰਕੇ ਸਾਬਤ ਕਰਨ ਦੇ ਵਿੱਚ ਕਾਮਯਾਬ ਹੋਗੇ, ਤੁਸੀਂ ਪ੍ਰਾਰਥਨਾ ਵਿੱਚ ਬੈਠੋਗੇ ਨਾ, ਤੁਹਾਨੂੰ ਸਮਝ ਨਹੀਂ ਆਊਗੀ ਕਿ ਮੈਂ ਮੰਗਾਂ ਕੀ, ਰਹਿ ਕੇ ਗਿਆ ਆ। ਔਰ ਉਸ ਵੇਲੇ ਤੁਸੀਂ ਨਿਰਸ਼ਬਦ ਹੋਵੋਗੇ, ਕਿਉਂਕਿ ਸ਼ਬਦ ਖੁਦ ਤੁਹਾਡੇ ਜੀਵਨ ਦੇ ਵਿੱਚ ਹੋਏਗਾ, ਔਰ ਉਹ ਦੇਹ ਧਾਰ ਚੁੱਕਿਆ ਹੋਏਗਾ, ਨਜ਼ਰ ਆਏਗਾ। ਹਾਲੇਲੂਇਆ, ਉਹ ਨਜ਼ਰ ਆਏਗਾ। ਔਰ ਉਹਦੇ ਲਈ ਤੁਹਾਨੂੰ ਕੁਛ ਵੀ ਇਹੋ ਜਿਹਾ ਕਰਨ ਦੀ ਜ਼ਰੂਰਤ ਨਹੀਂ ਜਿਹੜਾ ਤੁਹਾਨੂੰ ਕਿਸੇ ਤੋਂ ਜਾ ਕੇ ਲੈਣਾ ਪਏ। ਜੋ ਕਰਨਾ ਆ ਨਾ, ਉਹ ਤੁਹਾਡੇ ਅੰਦਰ ਪਰਮੇਸ਼ਵਰ ਨੇ ਆਲਰੇਡੀ ਪਾਇਆ ਆ। ਪਰ ਸਮ ਟਾਈਮਸ ਸਾਡੇ ਕੋਲ ਪੈਸਾ ਹੁੰਦਾ ਆ, ਪਰ ਸਾਨੂੰ ਮੈਨੇਜ ਨਹੀਂ ਕਰਨਾ ਆਉਂਦਾ। ਧਨ ਹੁੰਦਾ ਆ, ਸਾਨੂੰ ਉਹਦਾ ਇਸਤੇਮਾਲ ਨਹੀਂ ਕਰਨਾ ਆਉਂਦਾ ਸਹੀ ਤਰੀਕੇ ਦੇ ਨਾਲ। ਇਸੇ ਤਰ੍ਹਾਂ ਪ੍ਰੇਮ ਇੱਕ ਧਨ ਆ, ਸਾਡੇ ਅੰਦਰ ਪਾਇਆ ਆ ਪਰਮੇਸ਼ਵਰ ਨੇ। ਅਸੀਂ ਕੁੱਤਿਆਂ ਨੂੰ ਤਾਂ ਪ੍ਰੇਮ ਕਰਦੇ ਹਾਂ, ਅਸੀਂ ਮਾਲ ਡੰਗਰ ਨੂੰ ਪ੍ਰੇਮ ਕਰਦੇ ਹਾਂ, ਅਸੀਂ ਜੀਵ ਜੰਤੂਆਂ ਨੂੰ ਪ੍ਰੇਮ ਕਰਦੇ, ਪਰ ਉਹਦੇ ਸਿਰਜਣਹਾਰ ਨੂੰ ਅਸੀਂ ਕੋਈ ਪ੍ਰੇਮ ਨਹੀਂ ਕਰਦੇ। ਅਸੀਂ ਉਸ ਪ੍ਰੇਮ ਨੂੰ ਬਹੁਤ ਥਾਵਾਂ ਤੇ ਵੰਡਿਆ ਹੋਇਆ ਆ, ਪਰ ਜੇ ਜਿੱਥੇ ਸਾਨੂੰ ਪ੍ਰੇਮ ਕਰਨ ਦੀ ਜ਼ਰੂਰਤ ਆ ਉੱਥੇ ਅਸੀਂ ਉਸ ਪ੍ਰੇਮ ਨੂੰ ਯੂਜ਼ ਹੀ ਨਹੀਂ ਕਰਦੇ। ਔਰ ਜੇਕਰ ਧਨ ਵਿਅਰਥ ਥਾਵਾਂ ਤੇ ਇਸਤੇਮਾਲ ਕੀਤਾ ਜਾਏ, ਉਹਦਾ ਕੋਈ ਤੁਹਾਨੂੰ ਰਿਟਰਨ ਨਹੀਂ ਆਉਣਾ, ਕੁਛ ਵੀ ਉਹਦਾ ਤੁਹਾਨੂੰ ਫਾਇਦਾ ਨਹੀਂ ਵਾਪਸ ਆਉਣਾ। ਇਸੇ ਤਰ੍ਹਾਂ ਪ੍ਰੇਮ ਆ, ਅਗਰ ਤੁਸੀਂ ਉਹਨੂੰ ਸਹੀ ਜਗ੍ਹਾ ਤੇ ਇਨਵੈਸਟ ਕਰੋਗੇ ਆਪਣੇ ਪਿਆਰ ਨੂੰ, ਤਦ ਹੀ ਤੁਹਾਨੂੰ ਉਹਦਾ ਚੰਗਾ ਨਤੀਜਾ ਜਿਹੜਾ ਆ ਮਿਲੂਗਾ। ਤੁਸੀਂ ਆਪਣੇ ਬੱਚੇ ਦੀ ਜਗ੍ਹਾ ਤੇ ਤੁਸੀਂ ਜਾਨਵਰ ਨੂੰ ਪ੍ਰੇਮ ਕਰੋਗੇ, ਆਪਣੇ ਬੱਚੇ ਨੂੰ ਪ੍ਰੇਮ ਨਹੀਂ ਕਰੋਗੇ। ਤੁਸੀਂ ਕੀ ਸੋਚਦੇ ਆ ਕਿ ਜੋ ਤੁਹਾਡੇ ਪ੍ਰੇਮ ਦੇ ਬਦਲੇ ਤੁਹਾਡੇ ਬੱਚੇ ਨੇ ਤੁਹਾਨੂੰ ਦੇਣਾ ਉਹ ਜਾਨਵਰ ਤੁਹਾਨੂੰ ਦੇ ਸਕਦਾ ਆ? ਕਦੀ ਨਹੀਂ ਦੇ ਸਕਦਾ। ਤੁਸੀਂ ਆਪਣੀ ਵਾਈਫ ਨੂੰ ਛੱਡ ਕੇ ਜਾਂ ਆਪਣੇ ਹਸਬੈਂਡ ਨੂੰ ਛੱਡ ਕੇ ਤੁਸੀਂ ਬਾਹਰ ਕਿਸੇ ਮਰਦ ਜਾਂ ਔਰਤ ਨੂੰ ਪ੍ਰੇਮ ਕਰੋਗੇ, ਤੁਸੀਂ ਕੀ ਸੋਚਦੇ ਹੋ ਕਿ ਫਿਰ ਉਹ ਬਾਹਰਲਾ ਤੁਹਾਨੂੰ ਤੁਹਾਡੇ ਅਸਲੀ ਰਿਸ਼ਤੇ ਨਾਲੋਂ ਵੱਧ ਕੁਛ ਦੇ ਸਕਦਾ ਆ? ਬਦਨਾਮੀ ਦੇ ਬਿਨਾਂ ਤੁਹਾਨੂੰ ਕੁਛ ਨਹੀਂ ਦੇਵੇਗਾ। ਪਰ ਉਹੀ ਪ੍ਰੇਮ, ਤੁਸੀਂ ਉਹ ਰਿਸ਼ਤੇ ਜਿਹੜੇ ਪਰਮੇਸ਼ਵਰ ਦੇ ਦੁਆਰਾ ਤੁਹਾਡੇ ਜੀਵਨ ਦੇ ਵਿੱਚ ਦਿੱਤੇ ਗਏ ਆ, ਤੁਸੀਂ ਆਪਣੇ ਮਾਂ ਪਿਓ ਨਾਲ ਕਰਦੇ ਹੋ, ਤੁਸੀਂ ਆਪਣੇ ਹਸਬੈਂਡ ਨਾਲ, ਵਾਈਫ ਨਾਲ, ਆਪਣੇ ਬੱਚਿਆਂ ਨਾਲ ਜਿਹੜਾ ਪ੍ਰੇਮ ਬਣਦਾ ਆ ਜਿੱਥੇ ਤੁਸੀਂ ਉੱਥੇ ਕਰਦੇ ਹੋ, ਤੁਹਾਨੂੰ ਪ੍ਰੇਮ ਦੇ ਵੱਟੇ ਡਬਲ ਹੋ ਕੇ ਪ੍ਰੇਮ ਮਿਲਦਾ ਆ। ਹਾਲੇਲੂਇਆ। ਔਰ ਜੇਕਰ ਤੁਸੀਂ ਆਪਣੇ ਸਿਰਜਣਹਾਰ ਪਰਮੇਸ਼ਵਰ ਦੇ ਨਾਲ ਪ੍ਰੇਮ ਕਰੋਗੇ, ਤੁਹਾਨੂੰ ਡਬਲ ਨਹੀਂ, ਤੁਹਾਨੂੰ 10 ਟਾਈਮ ਮਲਟੀਪਲਾਈ ਹੋ ਕੇ ਮਿਲੇਗਾ, ਤੁਹਾਨੂੰ 10 ਗੁਣਾ ਮਿਲੇਗਾ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ। ਕਿਉਂਕਿ ਉਹਦਾ ਇੱਕ ਲਾਅ ਆ, ਉਹ ਹਰ ਚੀਜ਼ ਨੂੰ 1 ਨੂੰ 10 ਨਾਲ ਹੀ ਗੁਣਾ ਕਰਦਾ ਆ। ਹਾਲੇਲੂਇਆ, ਹਾਲੇਲੂਇਆ। ਸੋ ਪਹਿਲੇ ਹੀ ਦਿਨ ਸਾਡੀਆਂ ਪ੍ਰਾਰਥਨਾਵਾਂ ਸੁਣੀਆਂ ਜਾਂਦੀਆਂ ਆ,
ਉਹਦੇ ਬਾਅਦ ਚ ਅਸੀਂ ਧੰਨਵਾਦ ਕਰਨਾ ਆ। ਅਗਰ ਅਸੀਂ ਚਾਹੁੰਦੇ ਸਾਡੀਆਂ ਪ੍ਰਾਰਥਨਾਵਾਂ ਦੇ ਉੱਤਰ ਆਉਣ ਤਦ ਫਿਰ ਸਾਨੂੰ ਆਪਣੇ ਜੀਵਨ ਦੇ ਵੱਲ ਨੂੰ ਝਾਤੀ ਜ਼ਰੂਰ ਮਾਰਦੇ ਰਹਿਣਾ ਆ। ਚਰਚ ਵਿੱਚ ਕਮੀ ਨਹੀਂ ਆ, ਪਾਸਟਰ ਜੀ ਦੇ ਵਿੱਚ ਕਮੀ ਨਹੀਂ ਆ, ਪਰਮੇਸ਼ਵਰ ਵਿੱਚ ਤਾਂ ਕਦੀ ਹੋ ਹੀ ਨਹੀਂ ਸਕਦੀ, ਸੰਪੂਰਨ ਤਾਂ ਹੈ ਹੀ ਪ੍ਰਭੂ ਜੀ। ਅਗਰ ਸਾਡੀ ਪ੍ਰਾਰਥਨਾ ਦਾ ਉੱਤਰ ਨਹੀਂ ਆ ਰਿਹਾ, ਉਹਦੇ ਜ਼ਿੰਮੇਵਾਰ ਚਰਚ, ਪਾਦਰੀ ਜਾਂ ਪ੍ਰਭੂ ਜੀ ਨਹੀਂ ਆ, ਉਹਦੇ ਜ਼ਿੰਮੇਵਾਰ ਅਸੀਂ ਖੁਦ ਆ। ਅਸੀਂ ਚਰਚ ਬਦਲਣ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਪਾਸਟਰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ, ਸਮਟਾਈਮਸ ਲੋਕੀ ਪਰਮੇਸ਼ਵਰ ਬਦਲਣ ਦੀ ਵੀ ਕੋਸ਼ਿਸ਼ ਕਰਦੇ ਆ, ਜੋ ਕਿ ਕਦੀ ਵੀ ਨਾ ਬਦਲੇ ਜਾਣ ਵਾਲੀ ਚੀਜ਼ ਆ। ਪਰ ਖੁਦ ਨੂੰ ਬਦਲਣ ਦੀ ਅਸੀਂ ਕੋਸ਼ਿਸ਼ ਹੀ ਨਹੀਂ ਕਰਦੇ, ਜਦਕਿ ਪਹਿਲੀ ਕੋਸ਼ਿਸ਼ ਹੀ ਸਾਨੂੰ ਆਪਣੇ ਆਪ ਨੂੰ ਬਦਲਣ ਦੀ ਕਰਨੀ ਆ। ਪਹਿਲੀ ਕੋਸ਼ਿਸ਼ ਹੀ ਅਸੀਂ ਆਪਣੀਆਂ ਸੋਚਾਂ ਬਦਲਣ ਦੀ ਕਰਨੀ ਆ, ਆਪਣੀਆਂ ਗਲਤ ਸੋਚਾਂ ਦੇ ਵਿੱਚੋਂ ਨਿਕਲ ਕੇ ਪਰਮੇਸ਼ਵਰ ਦੀਆਂ ਦਿੱਤੀਆਂ ਹੋਈਆਂ ਚੰਗੀਆਂ ਸੋਚਾਂ ਨੂੰ ਅਪਣਾਉਣਾ ਆ, ਗਲਤ ਕੰਮਾਂ 'ਚੋਂ ਨਿਕਲ ਕੇ ਚੰਗੇ ਕੰਮਾਂ ਨੂੰ ਹੱਥ ਪਾਉਣਾ ਆ, ਨਫ਼ਰਤ 'ਚੋਂ ਨਿਕਲ ਕੇ ਪ੍ਰੇਮ ਨੂੰ ਅਪਣਾਉਣਾ ਆ, ਧੱਕੇਸ਼ਾਹੀਆਂ ਕਰਨੀਆਂ ਛੱਡਣੀਆਂ ਆ, ਕਿਸੇ ਦੀਆਂ ਚੀਜ਼ਾਂ ਦੇ ਉੱਤੇ ਮੱਲਾਂ ਮਾਰਨੀਆਂ, ਕਬਜ਼ਾ ਕਰਨਾ ਛੱਡਣਾ ਆ, ਫੁਕਰਾਪਨ, ਹੰਕਾਰ, ਲੜਾਈਆਂ, ਝਗੜੇ, ਵਿਭਚਾਰ, ਇਹ ਗਲਤ ਚੀਜ਼ਾਂ, ਗੰਦ ਮੰਦ ਨੂੰ ਛੱਡਣਾ ਆ। ਅਸੀਂ ਕੀ ਛੱਡਦੇ ਹਾਂ? ਅਸੀਂ ਚਰਚ ਛੱਡਦੇ ਹਾਂ, ਮੇਰਾ ਕੰਮ ਨਹੀਂ ਬਣਿਆ, ਮੈਂ ਚਰਚ ਛੱਡ ਦੇਣਾ। ਜੇ ਤੂੰ ਚਰਚ ਛੱਡ ਦੂੰਗਾ ਫਿਰ ਕੀ ਹੋਊਗਾ? ਘਾਟਾ ਕਿਹਨੂੰ ਹੋਊਗਾ? ਤੂੰ ਚਰਚ ਛੱਡਣ ਦੀ ਬਜਾਏ ਤੂੰ ਆਪਣੀ ਗਲਤ ਆਦਤ ਛੱਡ। ਅਸੀਂ ਇੰਸਟੀਟਿਊਟ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਖੁਦ ਮਿਹਨਤ ਨਹੀਂ ਕਰਦੇ। ਖੁਦ ਮਿਹਨਤ ਕਰਨੀ ਸਿੱਖੋ। ਬਹੁਤ ਸਾਰੇ ਲੋਕ ਆ ਉਹ ਡਿਪੈਂਡ ਹੋ ਚੁੱਕੇ ਆ ਕਿ ਕੋਈ ਉਹਨਾਂ ਲਈ ਪ੍ਰਾਰਥਨਾ ਕਰੇ। ਤੁਹਾਡੇ ਲਈ ਕੋਈ ਪ੍ਰਾਰਥਨਾ ਕਰੇਗਾ, ਟੈਂਪਰੇਰੀਲੀ ਕੰਮ ਹੋਊਗਾ, ਕਿਉਂਕਿ ਉਹਨੇ ਨੇਚਰ ਨਾਲ ਕੀਤੀ। ਤੁਸੀਂ ਆਪਣੇ ਲਈ ਖੁਦ ਪ੍ਰਾਰਥਨਾ ਕਰੋਗੇ, ਪਰਮਾਨੈਂਟ ਕੰਮ ਹੋਊਗਾ। ਜੇ ਤੁਸੀਂ ਦੁਕਾਨ ਤੋਂ ਲਿਆ ਕੇ ਸਮੋਸੇ ਖਾਓਗੇ ਤਾਂ ਹੋ ਸਕਦਾ ਤੁਸੀਂ ਰੋਜ਼ ਨਾ ਖਾ ਸਕੋ, ਪਰ ਜੇ ਤੁਸੀਂ ਖੁਦ ਬਣਾਉਣੇ ਸਿੱਖ ਲਵੋ, ਤੁਸੀਂ ਭਾਵੇਂ ਅੱਧੀ ਰਾਤ ਨੂੰ ਕੱਢ ਲਓ, ਤਾਂ ਖੁਦ ਤਜਰਬਾ ਹਾਸਲ ਕਰੋ। ਤੁਸੀਂ ਖੁਦ ਪ੍ਰਾਰਥਨਾ ਕਰਨ ਵਾਲੇ ਹੋਵੋ। ਇੱਕ ਬੱਚਾ ਮਾਂ ਦੇ ਗਰਭ ਚੋਂ ਪੈਦਾ ਹੁੰਦਾ ਹੈ, ਪਰ ਬੱਚੇ ਦੇ ਹਿੱਸੇ ਦਾ ਬੱਚੇ ਨੂੰ ਹੀ ਖਾਣਾ ਪੈਂਦਾ। ਮਾਂ ਦੇ ਖਾਣ ਨਾਲ ਬੱਚੇ ਦਾ ਢਿੱਡ ਨਹੀਂ ਭਰਦਾ, ਭਾਵੇਂ ਮਾਂ ਲੱਖ ਉਹਨੂੰ ਪਿਆਰ ਕਰਦੀ ਆ, ਪਿਤਾ ਉਹਨੂੰ ਲੱਖ ਪਿਆਰ ਕਰਦਾ ਹੈ। ਜਿਹੜਾ ਬਿਮਾਰ ਆ ਦਵਾਈ ਉਸੇ ਨੂੰ ਹੀ ਖਾਣੀ ਪੈਣੀ ਆ। ਡਾਕਟਰ ਜਿੰਨਾ ਮਰਜ਼ੀ ਸਿਆਣਾ ਹੈ ਉਹ ਦਵਾਈ ਲਿਖ ਕੇ ਦੇ ਸਕਦਾ ਹੈ, ਤੁਹਾਡੇ ਵੰਡੇ ਦੀ ਦਵਾਈ ਨਹੀਂ ਖਾਣੀ ਉਹਨੇ। ਚਰਚ ਵਿੱਚ ਤੁਹਾਨੂੰ ਵਚਨ ਦੱਸਿਆ ਜਾਂਦਾ ਹੈ, ਲਾਗੂ ਤੁਸੀਂ ਕਰਨਾ ਆਪਣੇ ਜੀਵਨ ਦੇ ਵਿੱਚ। ਅਸੀਂ ਲਾਗੂ ਕਰਾਂਗੇ ਉਹਦਾ ਫਲ ਸਾਨੂੰ ਮਿਲਣਾ, ਉਹਦੀ ਬਰਕਤ ਸਾਨੂੰ ਮਿਲਣੀ ਹੈ। ਤੁਸੀਂ ਲਾਗੂ ਕਰੋਗੇ ਆਪਣੇ ਜੀਵਨ ਵਿੱਚ, ਉਹਦੀ ਬਰਕਤ ਤੁਹਾਨੂੰ ਮਿਲਣੀ ਆ। ਇਸ ਲਈ ਡਾਕਟਰ ਬਦਲਣ ਦੀ ਜ਼ਰੂਰਤ ਨਹੀਂ ਆ, ਪ੍ਰੇਜਗਾਰੀ ਕਰਨ ਦੀ ਜ਼ਰੂਰਤ ਆ, ਸਮੇਂ ਸਿਰ ਡੋਜ਼ ਲੈਣ ਦੀ ਜ਼ਰੂਰਤ ਆ। ਪ੍ਰਾਰਥਨਾ ਸਮੇਂ ਸਿਰ ਕਰੋ, ਸਵੇਰ ਵਾਲੀ ਪ੍ਰਾਰਥਨਾ ਸਵੇਰ ਨੂੰ ਕਰੋ, ਸ਼ਾਮ ਵਾਲੀ ਪ੍ਰਾਰਥਨਾ ਸ਼ਾਮ ਨੂੰ ਕਰੋ, ਦਿਨ 'ਚ ਜਦੋਂ ਟਾਈਮ ਮਿਲਦਾ ਆ ਭਾਵੇਂ ਇੱਕ ਹੀ ਚੈਪਟਰ ਪੜ੍ਹੋ, ਇੱਕ ਹੀ ਅਧਿਆਏ ਪੜ੍ਹੋ, ਇੱਕ ਹੀ ਪੇਜ ਬਾਈਬਲ ਦਾ ਪੜ੍ਹੋ, ਜ਼ਰੂਰ ਪੜ੍ਹੋ। ਜ਼ਿਆਦਾ ਨਹੀਂ, ਮੈਂ ਕਹਿੰਦੀ 5 ਆਇਤਾਂ ਹੀ ਪੜ੍ਹ ਲਓ, ਉਹਨਾਂ 5 ਆਇਤਾਂ ਨੂੰ ਦਿਨ ਦੇ ਵਿੱਚ 5 ਕੁ ਵਾਰੀ ਰਿਪੀਟ ਕਰ ਲਓ ਆਪਣੇ ਮਾਈਂਡ 'ਚ ਕਿ ਅੱਜ ਮੈਂ ਕਿਹੜੀਆਂ 5 ਆਇਤਾਂ ਪੜ੍ਹੀਆਂ ਸੀ। ਤੁਸੀਂ ਗਿਆਨੀ ਨਹੀਂ, ਮਹਾਂਗਿਆਨੀ ਬਣ ਜਾਓਗੇ ਅਗਰ ਤੁਸੀਂ 5 ਆਇਤਾਂ ਵੀ ਰੋਜ਼ ਆਪਣੇ ਜੀਵਨ ਵਿੱਚ ਲੈਣੀਆਂ ਸ਼ੁਰੂ ਕਰ ਦਿਓ। ਕਿਉਂਕਿ ਜਿਹਦੇ ਅੰਦਰ ਵਚਨ ਆ ਗਿਆ ਮਤਲਬ ਪਰਮੇਸ਼ਵਰ ਦਾ ਆਤਮਾ ਉਹਦੇ ਅੰਦਰ ਆ ਗਿਆ, ਤਾਂ ਵਚਨ ਸਾਡੀ ਬੁੱਧ ਨੂੰ ਖੋਲਦਾ ਆ, ਵਚਨ ਸਾਨੂੰ ਗਿਆਨ ਬਖਸ਼ਦਾ ਆ, ਵਚਨ ਸਾਨੂੰ ਸਮਝ ਬਖਸ਼ਦਾ ਆ। ਆਪਾਂ ਕੁਆਲਿਟੀ ਵਾਲੇ ਬਣਨਾ, ਕੁਆਲਿਟੀ ਵਾਲੇ ਮੇਲਾ ਵੇਖਣ ਵਾਲੇ ਨਹੀਂ ਬਣਨਾ,
समझ लग रही थानू? आपां रीस करन वाले नहीं बनना, रोल मॉडल बनना है। हालेलुया, लोकी साड़ी रीस करन, हालेलुया, असी मील पत्थर बनना है। हालेलुया, असी चंगिया एग्जाम्पल्स, चंगे नमूने बनना दूजियां दे लेके कोई साड़े जीवन वाल देख के सिखे के प्रभु नू किद्दां अपने जीवन दे विच लेना है, किद्दां प्रभु नाल प्रेम करना, किद्दां प्रभु दे कोलों बरकत लैनी है। इसलिए रेगुलर चर्च आया करो, अपने बच्चों नू लेके चर्च नू आओ। अगर हस्बैंड नू आ रहे हैं तो वो अपनी वाइफ नू जरूर लेके आओ। वाइफ आ रही है, कोशिश करो हस्बैंड नू लेके आओ। अगर वो नहीं आते, उन्हां लई प्रार्थना करनी शुरू करो, क्योंकि वचन दे विच लिखा अगर राई दे दाने समान थोड़ी नेचा होए, तुसी पहाड़ नू कहो उखड़ जाए तो उखड़ेगा ते समुंदर विच जा पाएगा। ता पावे थोड़े हस्बैंड दा दिल सख्त या थोड़ी वाइफ दा दिल सख्त या पत्थर दे वांग चट्टान दे वांग, अगर थोड़े अंदर नेचा या तुसी नेचा दे नाल प्रार्थना करदे रहो, ओ पत्थर पिघलेगा, मोम दा दिल खुदा उन्हां दे अंदर पाउणगे और थोड़े नाल परमेश्वर दी हजूरी च जरूर आउणगे। लड़न दी बजाए, झगड़ा करन दी बजाए, तू तू मैं करन दी बजाए, अपनी प्रार्थना दे विच परमेश्वर दे अगे रखो और रोज डिक्लेयर करो कि मैनू यकीन आ इस हफ्ते मेरा हस्बैंड मेरे नाल चर्च नू आ रहा है, इस हफ्ते मेरी वाइफ मेरे नाल चर्च नू आ रही है, मैनू यकीन आ असी दोनों आ रहे हैं परमेश्वर की महिमा दे लई, क्योंकि प्रभु मेरी प्रार्थना नू सुन चुके आ, मेरी प्रार्थना पहले ही दिन प्रवान हो चुकी आ, प्रभु मेरे लिए इंतजाम कर रहे हैं, मेरे हस्बैंड के दिल के अंदर काम हो रहा है, मेरी वाइफ के दिल के अंदर काम हो रहा, मेरे पेरेंट्स के दिल के अंदर काम हो रहा, मेरे बच्चे के दिल के अंदर काम हो रहा, भावें किन्ना मर्जी अड़ियल क्यों ना होए। तुसीं उन्हूं नहीं कहना तू बड़ा जिद्दी आ, तू बड़ा ढीठ आ, तू आखे नहीं लगता, तू इदां नहीं करदा, कुछ नहीं कहना। तुसी जो कहना प्रार्थना दे विच परमेश्वर जी दे अग्गे रखना है। हालेलुया, तुसी परमेश्वर दी हजूरी दे विच रखना और परमेश्वर जी ने थोड़े शब्दां दे अनुसार, थोड़ी नेचर दे अनुसार जेदे लई तुसी प्रार्थना कर रहे हो दे जीवन दे विच काम कर देना है। हालेलुया, सो परेशान नहीं होना, पैनिक नहीं होना, घर दे विच खौरू नहीं करना, खप नहीं करनी, शांति दे नाल प्रार्थना करनी। पता लगे चर्च नूं जाण वालियां दा घर है, इस घर दे कोलों लंघण वाले नूं भी शांति दा आत्मा छू जाए। हालेलुया, थोड़े घर दे विच कोई आए तो उन्हूं महसूस होए कि इत्थे कुछ सुपर नैचुरल पीस आ, कोई कोई बहुत अद्भुत अलौकिक शांति आ इन्हां दे घर दे विच जिहड़ी सधारण थां ते नहीं मिलदी। ਉਹਦਾ ਦਿਲ ਕਰੇ ਬਾਰ ਬਾਰ ਤੁਹਾਡੇ ਨੇੜੇ ਬਹਿਣ ਦਾ, ਬਾਰ ਬਾਰ ਤੁਹਾਡੇ ਘਰ ਦੇ ਵਿੱਚ ਆਉਣ ਦਾ, ਤੁਹਾਡੇ ਨਾਲ ਗੱਲਾਂ ਕਰਨ ਦਾ, ਔਰ ਫਿਰ ਤੁਸੀਂ ਆਪਣੇ ਪਰਮੇਸ਼ਵਰ ਦੀਆਂ ਗੱਲਾਂ ਉਹਦੇ ਨਾਲ ਕਰੋ ਔਰ ਉਹ ਜਿੱਤਿਆ ਜਾਏਗਾ ਪਰਮੇਸ਼ਵਰ ਦੀ ਬਾਦਸ਼ਾਹਤ ਦੇ ਲਈ। ਹਾਲੇਲੂਇਆ, ਸੋ ਐਡਵਾਂਸ ਦੇ ਵਿੱਚ ਆਪਾਂ ਸ਼ੁਕਰਗੁਜ਼ਾਰੀ ਕਰਨੀ ਜਿਹੜੀ ਆ ਉਹ ਸ਼ੁਰੂ ਕਰਨੀ ਆ। ਜਿੰਨੇ ਤੁਹਾਡੇ ਕੰਮ ਨਹੀਂ ਹੋ ਰਹੇ ਅੱਜ ਤੁਸੀਂ ਉਹਨਾਂ ਕੰਮਾਂ ਦੇ ਲਈ ਪ੍ਰਾਰਥਨਾ ਕਰਨੀ ਆ ਇਸੇ ਜਗ੍ਹਾ ਤੇ, ਜਿਹੜੇ ਵੀ ਤੁਹਾਡੇ ਕੰਮ ਰੁਕੇ ਹੋਏ ਹੋ। ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਬੰਨਣ ਤੇ ਖੋਲਣ ਦਾ ਅਧਿਕਾਰ ਦਿੱਤਾ ਆ। ਮੈਂ ਪਰਮੇਸ਼ਵਰ ਦੀ ਦਾਸੀ, ਪਰਮੇਸ਼ਵਰ ਦੇ ਦਿੱਤੇ ਇਸ ਅਧਿਕਾਰ ਦੇ ਨਾਲ ਮੈਂ ਖੋਲਦੀ ਹਾਂ ਉਸ ਬਰਕਤ ਨੂੰ ਜਿਹੜੀ ਅੱਜ ਤੱਕ ਰੁਕੀ ਹੋਈ ਸੀ ਤੁਹਾਡੇ ਜੀਵਨ ਦੇ ਵਿੱਚ। ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਉਸ ਬਰਕਤ ਨੂੰ ਮੈਂ ਖੋਲਦੀ ਹਾਂ, ਔਰ ਰੁਕੇ ਹੋਏ ਕੰਮ ਬਣਨ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਔਰ ਮੈਂ ਪਰਮੇਸ਼ਵਰ ਦੀ ਦਾਸੀ ਪਰਮੇਸ਼ਵਰ ਦੇ ਅੱਗੇ ਸਿਫਾਰਿਸ਼ ਕਰਦੀ ਹਾਂ, ਐ ਖੁਦਾਵਨ ਖੁਦਾ, ਜ਼ਮੀਨ ਤੇ ਅਸਮਾਨ ਨੂੰ ਬਣਾਉਣ ਵਾਲੇ ਪਰਮੇਸ਼ਵਰ, ਆਪਣੀ ਦਾਸੀ ਦੀ ਹਰ ਪ੍ਰਾਰਥਨਾ ਨੂੰ ਸੁਣਨ ਵਾਲੇ ਔਰ ਕਦੇ ਵੀ ਨਾ ਰੱਦ ਕਰਨ ਵਾਲੇ ਪਰਮੇਸ਼ਵਰ, ਅੱਜ ਤੁਹਾਡੀ ਦਾਸੀ ਤੁਹਾਡੇ ਅੱਗੇ ਪ੍ਰਭੂ ਤੁਹਾਡੀਆਂ ਦਿੱਤੀਆਂ ਹੋਈਆਂ ਭੇਡਾਂ ਦੇ ਲਈ ਸਿਫਾਰਿਸ਼ ਕਰਦੀ ਆ ਕਿ ਖੁਦਾ ਜੋ ਪ੍ਰਾਰਥਨਾ ਅੱਜ ਕਰਨ ਮੇਰੇ ਪ੍ਰਭੂ, ਆਉਂਦੇ ਮਹੀਨੇ ਉਹਦਾ ਉੱਤਰ ਲੈ ਕੇ ਤੁਹਾਡੀ ਹਜ਼ੂਰੀ 'ਚ ਗਵਾਹੀ ਨਾਲ ਖੜੇ ਹੋ ਜਾਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਔਰ ਪ੍ਰਭੂ ਅੱਜ ਤੋਂ ਜਿਸ ਚੀਜ਼ ਲਈ ਧੰਨਵਾਦ ਕਰਨਾ ਸ਼ੁਰੂ ਕਰਨ ਮੇਰੇ ਖੁਦਾਵੰਦ ਖੁਦਾ, ਉਸ ਚੀਜ਼ ਨੂੰ ਪੂਰਾ ਹੁੰਦਾ ਦੇਖਣ, ਕਿਉਂਕਿ ਤੁਹਾਡਾ ਵਚਨ ਸਮਰਥੀ ਆ ਔਰ ਤੁਹਾਡਾ ਵਚਨ ਪੂਰਾ ਹੋਣ ਵਾਲਾ ਵਚਨ ਆ, ਕਿਉਂਕਿ ਅਸਮਾਨ ਤਾਂ ਸਰਕ ਸਕਦਾ, ਜ਼ਮੀਨ ਖਿਸਕ ਸਕਦੀ, ਪਰ ਪਰਮੇਸ਼ਵਰ ਦਾ ਵਚਨ ਕਦੀ ਨਾ ਟਲੇਗਾ। ਆਮੇਨ, ਹਾਲੇਲੂਇਆ,
हालेलुया। सो प्रार्थना आज करनी है और बाकी दे दिन की करना है धन्यवाद करते रहना। सो आज तुसी प्रार्थना करके जाना इस जगह दे उत्ते। जो भी मसला है, जो भी मसला है तुसी सोचो ना बहुत वड्डा है, पहले छोटा जा मसला रख के देखते हैं। मंगता भी औकात देख के अगले दी मंगदा है। जिहदे कोल उहनूं लगदा ना 10 रुपए इहने देने उत्तों 10 ही मंगदा, ते जिहदे कोल उहनूं लगदा इहने सूट बूट पाया उह उहनूं कहिंदा मैं 100 रुपया लैणा है। लागी भी देख लैंदा है इह कौण आ किन्ने दे सकदा, उसे हिसाब नाल उहदे कोलों टिप मंगदा है। ਤੁਸੀਂ ਸ਼ਹਿਨਸ਼ਾਹ ਪਰਮੇਸ਼ਵਰ ਦੀ ਹਜ਼ੂਰੀ 'ਚ ਬੈਠੇ, ਜੋ ਮੰਗਿਆ ਜਾਂਦਾ ਮੰਗ ਲਓ, ਉਹ ਅੱਜ ਪੂਰਾ ਕਰੇਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਉਹਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ, ਕਿਸੇ ਚੀਜ਼ ਦਾ ਘਾਟਾ ਨਹੀਂ ਆ। ਉਹ ਮਹਾਨ ਆ, ਉਹ ਮੁੱਠੀ ਖੋਲਦਾ ਤੇ ਸਬਜ਼ੀਆਂ ਨੂੰ ਰਜਾ ਦਿੰਦਾ ਆ। ਉਹਦਾ ਨਾਮ ਯਹੋਵਾ ਯਿਵੇ ਆ, ਉਹ ਤੁਹਾਡੀ ਹਰ ਜ਼ਰੂਰਤ ਨੂੰ ਪੂਰਾ ਕਰੇਗਾ। ਮੈਂ ਪਰਮੇਸ਼ਵਰ ਦੀ ਦਾਸੀ ਤੁਹਾਡੀ ਬਰਕਤ ਦੀ ਘੋਸ਼ਣਾ ਕਰਦੀ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੇਨ। परमेश्वर की कृपा हम तो हमेशा हमेशा की कृपा परमेश्वर के चोर वालों के नाल हुंदी रहे। आमीन। परमेश्वर दे बड़े कम्मां नू अपने जीवन दे विच देखन लई हुणे सब्सक्राइब करो साडा यूट्यूब चैनल पास्टर देओल खोजेवाला ते साडा फेसबुक पेज पास्टर देओल खोजेवाला।